ਜੀ ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਪ੍ਰਿਥੀਪਾਲ ਸਿੰਘ ਗਿੱਲ, ਮੈਂ ਮੈਨੇਜਿੰਗ ਡਾਇਰੈਕਟਰ ਹਾਂ ਐਮਕੈਨ ਇਮੀਗ੍ਰੇਸ਼ਨ ਦਾ ਅਤੇ ਮੈਂਬਰ ਹਾਂ ICCRC ਦਾ। ਅੱਜ ਕੁਛ ਆਪਾਂ ਮੈਨੂੰ ਬਹੁਤ ਲੋਕ ਪੁੱਛਦੇ ਨੇ ਅਬਾਊਟ, ਇੱਕ ਤਾਂ ਕੈਨੇਡਾ ਦੀ ਇਲੈਕਸ਼ਨ ਬਾਰੇ ਗੱਲ ਕਰਨੀ ਆ ਕਿ ਇਹਦੇ ਕੀ ਪੋਜ਼ਿਟਿਵ ਨੇ ਕੀ ਨੈਗੇਟਿਵ ਨੇ, ਨਾਲ ਦੀ ਨਾਲ ਜਨਵਰੀ ਇਨਟੇਕ ਲਈ ਕਿ ਹਲੇ ਵੀ ਆਪਸ਼ਨਸ ਹੈਗੀਆਂ। ਹਾਂ ਹੈਗੀਆਂ ਨੇ, ਬਹੁਤ ਥੋੜ੍ਹੀਆਂ ਆਪਸ਼ਨਸ ਹੈਗੀਆਂ, ਬਟ ਯੈਸ ਅਵੇਲੇਬਲ। ਮਈ ਇਨਟੇਕ ਲਈ ਹੁਣ ਕਾਫੀ ਕਾਲਜਿਸ ਜਿਹੜੇ ਓਪਨ ਹੋ ਗਏ ਆਲ ਓਵਰ ਕੈਨੇਡਾ, ਮਈ ਇਨਟੇਕ ਦੀਆਂ ਐਪਲੀਕੇਸ਼ਨਸ ਕਾਫੀ ਜਗ੍ਹਾ 'ਤੇ ਪ੍ਰੋਸੈਸ ਹੋ ਰਹੀਆਂ ਨੇ। ਟੋਰਾਂਟੋ ਦੇ ਬਹੁਤ ਸਾਰੇ ਕਾਲਜ ਨੇ, ਟੋਰਾਂਟੋ, ਬਰੈਂਪਟਨ ਦੇ, ਇਹਦੇ ਨਾਲ ਹੀ ਮੋਂਟਰੀਅਲ ਦੇ ਹੁਣ ਕੁਝ ਕਾਲਜ ਨੇ ਜਿਨ੍ਹਾਂ ਨੇ ਮਈ ਇਨਟੇਕ ਓਪਨ ਕਰ ਦਿੱਤੀ ਆ। ਆਉਣ ਵਾਲੇ ਟਾਈਮ 'ਚ ਹੋਰ ਕਾਲਜ ਨੇ ਜਿਨ੍ਹਾਂ ਨੇ ਮਈ ਇਨਟੇਕ ਓਪਨ ਕਰ ਦੇਣੀ ਆ ਵੈਰੀ ਵੈਰੀ ਕੁਇਕ। ਐਟਲਾਂਟਿਕ ਪ੍ਰੋਵਿੰਸਿਸ ਦੇ ਵਿੱਚ ਨੋਵਾ ਸਕੋਸ਼ੀਆ ਦੇ ਵਿੱਚ ਕੁਝ ਕਾਲਜ ਯੂਨੀਵਰਸਿਟੀਜ਼ ਹੈਗੀਆਂ ਜਿੱਥੇ ਮਈ ਇਨਟੇਕ ਆਲਰੇਡੀ ਓਪਨ ਹੋ ਗਿਆ ਵਾ। ਇਸ ਤੋਂ ਇਲਾਵਾ ਅਲਬਰਟਾ ਦੇ ਵਿੱਚ ਮਈ ਇਨਟੇਕ ਦੀਆਂ ਕੁਝ ਆਪਸ਼ਨਸ ਹੈਗੀਆਂ ਨੇ, ਕੁਝ ਸਟਿਲ ਹਲੇ ਜਨਵਰੀ ਦੀ ਵੀ ਹੈਗੀਆਂ ਨੇ। BC ਦੇ ਵਿੱਚ ਖਾਸ ਤੌਰ 'ਤੇ ਵੈਂਕੂਵਰ ਸਰੀ ਦੇ ਵਿੱਚ ਹਲੇ ਵੀ ਜਨਵਰੀ ਇਨਟੇਕ ਲਈ ਕੁਝ ਕਾਲਜ ਐਕਸੈਪਟ ਕਰ ਰਹੇ ਨੇ ਐਪਲੀਕੇਸ਼ਨਸ, ਔਰ ਮਈ ਇਨਟੇਕ ਦੀਆਂ ਐਪਲੀਕੇਸ਼ਨਸ ਵੀ ਐਕਸੈਪਟ ਹੋ ਰਹੀਆਂ ਨੇ। ਆਲ ਓਵਰ ਕੈਨੇਡਾ ਹੀ ਹੁਣ ਕਾਲਜ ਹੈਗੇ ਨੇ ਕਿਤੇ ਨਾ ਕਿਤੇ ਜਿੱਥੇ ਤੁਹਾਨੂੰ ਮਈ ਇਨਟੇਕ ਮਿਲ ਜਾਊਗੀ ਹਰ ਤਰ੍ਹਾਂ ਦੇ ਸਟੂਡੈਂਟ ਲਈ। ਅਤੇ ਮਈ ਇਨਟੇਕ ਦੀਆਂ ਐਪਲੀਕੇਸ਼ਨਸ ਤੁਸੀਂ ਬੜੀ ਸਪੀਡ ਨਾਲ ਪ੍ਰੋਸੈਸ ਕਰਾ ਸਕਦੇ ਹੋ। ਨਾਲ ਦੀ ਨਾਲ ਇਲੈਕਸ਼ਨਸ ਬਾਰੇ ਜਿੱਦਾਂ ਆਮ ਸਵਾਲ ਪੁੱਛਿਆ ਜਾਂਦਾ ਵਾ ਕਿ ਕੀ ਇਲੈਕਸ਼ਨ ਦਾ ਕੋਈ ਬੈਡ ਅਸਰ ਹੋਊਗਾ ਜਾਂ ਵੀਜ਼ੇ ਘੱਟ ਲੱਗਣਗੇ ਜਾਂ ਇੰਟਰਨੈਸ਼ਨਲ ਸਟੂਡੈਂਟਸ ਘੱਟ ਜਾਣਗੇ, ਇਦਾਂ ਦੀ ਕੋਈ ਗੱਲ ਨਹੀਂ ਹੈਗੀ, ਇਹਨਾਂ ਤੋਂ ਡਰਨ ਦੀ ਲੋੜ ਨਹੀਂ ਹੈਗੀ, ਇਹ ਐਵੇਂ ਹੀ ਫਲਾਈਆਂ ਹੋਈਆਂ ਅਫਵਾਹਾਂ ਨੇ। ਚਾਂਸਿਸ ਅੱਜ ਵੀ ਹੈਗੇ ਨੇ ਕਿ ਸ਼ਾਇਦ ਟਰੂਡੋ ਗਵਰਨਮੈਂਟ ਹੀ ਰਿਪੀਟ ਹੋ ਜਾਵੇ। ਅਗਰ ਟਰੂਡੋ ਗਵਰਨਮੈਂਟ ਰਿਪੀਟ ਹੁੰਦੀ ਆ ਤਾਂ ਇਮੀਗ੍ਰੇਸ਼ਨ ਹੋਰ ਵੱਧ ਜਾਊਗੀ। ਟਰੂਡੋ ਗਵਰਨਮੈਂਟ ਨੇ ਪ੍ਰੋਮਿਸ ਕੀਤੀ ਹੈ ਕਿ ਅਸੀਂ ਇਮੀਗ੍ਰੇਸ਼ਨ ਜਿਹੜੀ ਹੁਣ ਅਸੀਂ 3.25 ਲੱਖ ਜਾਂ 3.5 ਲੱਖ ਲੋਕਾਂ ਨੂੰ ਆਉਣ ਵਾਲੇ ਟਾਈਮ 'ਤੇ ਅਸੀਂ ਪੱਕੇ ਕਰਾਂਗੇ, ਫਿਰ ਅਸੀਂ 4 ਲੱਖ ਲੋਕਾਂ ਨੂੰ 1 ਸਾਲ ਦੇ ਵਿੱਚ ਆਉਣ ਵਾਲੇ ਟਾਈਮ 'ਤੇ ਪੱਕੇ ਕਰਾਂਗੇ, ਜਿਨ੍ਹਾਂ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦਾ ਉਹਨਾਂ ਦੀ ਰੇਸ਼ੋ ਜ਼ਿਆਦਾ ਹੋਊਗੀ। ਟਰੂਡੋ ਗਵਰਨਮੈਂਟ ਇਹੋ ਜਿਹੀਆਂ ਹੋਰ ਬਹੁਤ ਸਾਰੀਆਂ ਪੋਲਿਸੀਜ਼ ਲੈ ਕੇ ਆ ਰਹੀਆਂ ਜਿਨ੍ਹਾਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਇਮੀਗ੍ਰੇਸ਼ਨ ਲੈਣੀ ਹੋਰ ਆਸਾਨ ਹੋ ਜਾਊਗੀ ਇਨ ਫਿਊਚਰ। ਔਰ ਨਾਲ ਦੀ ਨਾਲ ਅਗਰ ਕੰਜ਼ਰਵੇਟਿਵ ਗਵਰਨਮੈਂਟ ਵੀ ਆਉਂਦੀ ਹੈ, ਇਹ ਗਵਰਨਮੈਂਟ ਚੇਂਜ ਹੋ ਜਾਂਦੀ ਆ, ਫਿਰ ਵੀ ਇੰਟਰਨੈਸ਼ਨਲ ਸਟੂਡੈਂਟਸ ਨੂੰ ਕੋਈ ਡਰਨ ਦੀ ਲੋੜ ਨਹੀਂ ਹੈਗੀ। ਸਾਡੇ ਖਾਸ ਤੌਰ 'ਤੇ ਪੰਜਾਬੀ ਸਟੂਡੈਂਟਸ ਨੂੰ ਜਿਹੜੀ ਸਟੂਡੈਂਟ ਦੀ ਇਨਟੇਕ ਆ ਇਹ ਨਹੀਂ ਘਟਣੀ ਹੈਗੀ। ਜਿੱਦਾਂ PR ਦੀਆਂ ਪੋਸੀਬਿਲਿਟੀ ਜ਼ਰੂਰ ਥੋੜ੍ਹੀਆਂ ਜਿਹੀਆਂ ਬਦਲਾਵ ਆ ਸਕਦਾ ਉਹਨਾਂ ਦੇ ਵਿੱਚ, ਥੋੜ੍ਹੀਆਂ ਜਿਹੀਆਂ ਪੋਸੀਬਿਲਿਟੀਜ਼ ਉਹ ਟਾਈਟ ਜ਼ਰੂਰ ਕਰ ਸਕਦੇ ਨੇ। ਇਸ ਕਰਕੇ ਇੱਕ ਗੱਲ ਦਾ ਬਹੁਤ ਖਾਸ ਖਿਆਲ ਰੱਖੀਏ ਆਪਾਂ, ਜਿਹੜੀ IELTS ਆ ਇਹ ਤੋਂ ਕੰਨੀ ਨਾ ਕਤਰਾਈਏ। IELTS ਦੇ ਵਿੱਚ ਥੋੜ੍ਹੀ ਜਿਹੀ ਅਗਰ ਮਿਹਨਤ ਤੁਸੀਂ ਘਰ ਜਾ ਕੇ ਅਗਰ IELTS ਦੀ ਤਿਆਰੀ ਕਰਦੇ ਹੋ ਔਰ ਮਿਹਨਤ ਕਰਦੇ ਹੋ ਥੋੜ੍ਹੀ ਜਿਹੀ ਸ਼ਿੱਦਤ ਦੇ ਨਾਲ, ਤਾਂ ਜ਼ਰੂਰ ਤੁਸੀਂ 6 ਬੈਂਡ ਲੈ ਸਕਦੇ ਹੋ। ਮੇਰੇ ਕੋਲ ਅਜੇ ਬਹੁਤ ਸਟੂਡੈਂਟ ਨੇ 100ਾਂ ਦੇ ਵਿੱਚ ਨੇ ਜਿਨ੍ਹਾਂ ਦੇ ਬੈਂਡ ਨਹੀਂ ਸੀ ਆਉਂਦੇ, ਸਿਰਫ ਥੋੜ੍ਹੀ ਜਿਹੀ ਗਾਈਡੈਂਸ ਦਿੱਤੀ ਹੈ ਅਸੀਂ ਔਰ ਉਹਨੇ ਮਿਹਨਤ ਕੀਤੀ ਆ ਅਤੇ ਬੈਂਡ ਆ ਗਏ ਨੇ। ਕੈਨੇਡਾ ਇੱਕ ਇਹੋ ਜਿਹਾ ਵਾਹਿਦ ਕੰਟਰੀ ਆ ਜਿੱਥੇ ਅੱਜ ਵੀ ਪੜ੍ਹਾਈ ਖਤਮ ਹੋਣ ਤੋਂ ਬਾਅਦ ਤੁਹਾਨੂੰ ਪੱਕੇ ਹੋਣ ਦੇ ਚਾਂਸਿਸ, ਪੱਕਾ ਹੋਣ ਦਾ ਵਾਲਾ ਸਕੋਪ ਆ ਬਾਕੀ ਕੰਟਰੀ ਦੇ ਮੁਕਾਬਲੇ ਬਹੁਤ ਵਧੀਆ ਰਹਿੰਦਾ ਵਾ। ਅਗਰ ਤੁਸੀਂ ਪੱਕੇ ਤੌਰ 'ਤੇ ਕਿਸੇ ਕੰਟਰੀ ਜਾ ਕੇ ਵੱਸ ਜਾਂਦੇ ਹੋ ਤਾਂ ਉਹਦੇ ਨਾਲ ਤੁਹਾਡੀ ਜਿਹੜੀ ਤੁਸੀਂ ਪੈਸੇ ਖਰਚ ਕੀਤੇ ਨੇ, ਇੱਕ ਤਾਂ ਉਹ ਜਿਹੜੀ ਤੁਹਾਡੀ ਖਰਚਾ ਵਾ ਉਹ ਨਿਕਲਣ ਦੇ ਚਾਂਸਿਸ ਬਹੁਤ ਬ੍ਰਾਈਟ ਰਹਿੰਦੇ ਨੇ। ਇੱਕ ਕਿਉਂਕਿ ਆਪਾਂ ਉਸ ਸਿਸਟਮ ਦੇ ਵਿੱਚ ਯੂਜ਼ ਟੂ ਹੋ ਚੁੱਕੇ ਹੁੰਦੇ ਹਾਂ ਔਰ ਆਪਾਂ ਚਾਹੁੰਦੇ ਹਾਂ ਕਿ ਅਸੀਂ ਉਸ ਮੁਲਕ ਦੇ ਵਿੱਚ ਉੱਥੇ ਦੇ ਪੱਕੇ ਵਸਨੀਕ ਹੋ ਜਾਈਏ। ਇਹਦੇ ਲਈ ਕੈਨੇਡਾ ਇੱਕ ਇਹੋ ਜਿਹਾ ਕੰਟਰੀ ਆ ਜਿਹਦੀ ਪਿਛਲੇ 10 ਸਾਲਾਂ ਤੋਂ ਅਗਰ ਤੁਸੀਂ ਲਗਾਤਾਰ ਦੇਖੋਗੇ ਪੋਲਿਸੀ ਦੇ ਵਿੱਚ ਚੇਂਜਸ ਨਹੀਂ ਆਈਆਂ। ਸਟੂਡੈਂਟ, ਇੰਟਰਨੈਸ਼ਨਲ ਸਟੂਡੈਂਟ ਵੀ ਉਹਨਾਂ ਨੇ ਵਧਾਏ ਨੇ ਪਿਛਲੇ 10 ਸਾਲਾਂ 'ਚ, 2009 ਤੋਂ ਲੈ ਕੇ, ਔਰ PR ਦੀ ਓਪਰਚੁਨਿਟੀਜ਼ ਵੀ ਬਹੁਤ ਵਧੀਆ ਦਿੱਤੀਆਂ ਨੇ, ਬਹੁਤ ਵੱਡੀਆਂ ਦਿੱਤੀਆਂ ਨੇ। ਇਹਦਾ ਕੰਪੈਰੀਜ਼ਨ ਅਗਰ ਆਪਾਂ ਬਾਕੀ 4 ਜਿਹੜੀਆਂ ਕੰਟਰੀਜ਼ ਨੇ ਉਹਨਾਂ ਨਾਲ ਕਰੀਏ, ਇੰਗਲਿਸ਼ ਸਪੀਕਿੰਗ ਕੰਟਰੀਜ਼ ਨਾਲ, ਤੁਸੀਂ ਦੇਖੋਗੇ ਉੱਥੇ ਬਹੁਤ ਬਦਲਾਵ ਆਏ ਨੇ। ਕਈ ਵਾਰ ਸਾਲ 'ਚ ਦੋ ਤਿੰਨ ਵਾਰ ਵੀ ਬਦਲਾਵ ਆਏ ਨੇ। ਪਰ ਕੈਨੇਡਾ ਇੱਕ ਇਹੋ ਜਿਹਾ ਕੰਟਰੀ ਹੈ ਜਿਹਦੇ ਵਿੱਚ ਰੈਗੂਲਰ ਉਹ ਇੰਟਰਨੈਸ਼ਨਲ ਸਟੂਡੈਂਟਸ ਦੀ ਜਿਹੜੀ ਰੇਸ਼ੀਓ ਉਹ ਵੀ ਵੱਧ ਰਹੀ ਆ, ਉਹਨਾਂ ਦੀ ਸਟਰੈਂਥ ਵੀ ਵੱਧ ਰਹੀ ਆ, ਔਰ ਨਾਲ ਦੀ ਨਾਲ ਜਿਹੜੇ PR ਦੀਆਂ ਓਪਰਚੁਨਿਟੀਜ਼ ਨੇ, PR ਦੇ ਮੌਕੇ ਨੇ ਜਾਂ ਨਵੇਂ ਨਵੇਂ ਜਿਹੜੇ ਤਰੀਕੇ ਨੇ ਉਹ ਵੀ ਕਾਫੀ ਹੱਦ ਤੱਕ ਇਨਕਰੀਜ਼ ਹੋ ਰਹੇ ਨੇ। ਬਾਕੀ ਤੁਸੀਂ ਮਈ ਇਨਟੇਕ ਲਈ ਜਾਂ ਜਨਵਰੀ ਇਨਟੇਕ ਲਈ ਆਪਣੀ ਐਪਲੀਕੇਸ਼ਨ ਪ੍ਰੋਸੈਸ ਕਰਾਉਣਾ ਚਾਹੁੰਦੇ ਹੋ ਸਾਡੇ ਕੋਲੋਂ, ਸਾਡੇ 2 ਆਫਿਸ ਨੇ ਜਲੰਧਰ ਅਤੇ ਲੁਧਿਆਣਾ, ਸਾਡੀ ਵੈਬਸਾਈਟ imcanimmigration.com, ਸਾਡੇ ਐਡਰੈਸ ਚੈੱਕ ਕਰਕੇ ਤੁਸੀਂ ਸਾਨੂੰ ਆ ਕੇ ਮਿਲ ਸਕਦੇ ਹੋ ਔਰ ਆਪਣੀ ਐਪਲੀਕੇਸ਼ਨ ਪ੍ਰੋਸੈਸ ਕਰਾ ਸਕਦੇ ਹੋ। ਧੰਨਵਾਦ, ਥੈਂਕ ਯੂ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।